ਅੱਜ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਚੋਰੀਆਂ ਅਤੇ ਨਸ਼ੇ ਨੂੰ ਲੈ ਕੇ ਬਹੁਤ ਸੁਰਖੀਆਂ ਦੇ ਵਿੱਚ ਰਹਿੰਦਾ, ਲੇਕਿਨ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਚੋਰਾਂ ਨੂੰ ਨਕੇਲ ਪਾਈ ਜਾ ਰਹੀ ਹੈ, ਉਹਨਾਂ ਨੂੰ ਧਰਦੋ ਬੋਝਿਆ ਜਾ ਰਿਹਾ ਹੈ। ਪਿਛਲੇ ਦਿਨੀ ਇੱਕ ਬੜਾ ਵੱਡਾ ਇੱਕ ਚੋਰਾਂ ਵੱਲੋਂ ਕਾਂਡ ਕੀਤਾ ਗਿਆ ਸੀ, ਜਿੱਥੇ ਵਿੱਚ ਭਾਰੀ ਮਾਤਰਾ ਵਿੱਚ ਕੈਸ਼ ਅਤੇ ਸੋਨਾ ਜਿਹੜਾ ਉਹ ਚੋਰ ਲੈ ਕੇ ਫਰਾਰ ਹੋ ਗਏ ਸਨ। ਹੁਣ ਬਟਾਲਾ ਪੁਲਿਸ ਨੇ ਜਿਹੜਾ ਉਹਨਾਂ ਨੂੰ ਧਰਦ ਬੋਚਿਆ ਵਾ। ਸਾਡੇ ਨਾਲ ਨੇ DSP ਸਿਟੀ ਸੰਜੀਵ ਕੁਮਾਰ ਜੀ, ਆਪਾਂ ਜਾਣਕਾਰੀ ਲੈਂਦੇ ਹਾਂ ਸਰ, ਕੀ ਮਾਮਲਾ ਸੀ ਪੂਰੇ ਦਾ ਪੂਰਾ? 28/8/24 ਨੂੰ ਮਾਡਰਨ ਸਟੇਟ ਕਨਵਾਨ ਰੋਡ ਤੇ ਆ, ਉੱਥੋਂ ਦੀ ਕਲੋਨੀ ਦੀ ਲੇਡੀ ਹੈ, ਬਜ਼ੁਰਗ ਲੇਡੀ ਸ਼ਾਮ ਲਤਾ ਅਗਰਵਾਲ, ਉਹਨਾਂ ਨੇ ਸਾਡੇ ਪਾਸ ਬਿਆਨ ਦਿੱਤਾ ਸੀ ਕਿ ਉਹ ਦਿੱਲੀ ਗਏ ਸੀ ਆਪਣੇ ਰਿਸ਼ਤੇਦਾਰਾਂ ਕੋਲ 15/8 ਦੀ ਰੱਖੜੀ ਦੇ ਸੰਬੰਧ ਦੇ ਵਿੱਚ, 15 ਕੁ ਦਿਨ ਦਾ ਰਹਿਣ ਦਾ ਪ੍ਰੋਗਰਾਮ ਸੀ। ਅਤੇ ਉਸਨੇ 27 ਤਰੀਕ ਨੂੰ 27/8 ਨੂੰ ਆਪਣੇ ਨੌਕਰ ਨੂੰ ਕਿਹਾ ਕਿ ਘਰ ਜਾ ਕੇ ਦੇਖ ਕੇ ਸਭ ਕੁਝ ਠੀਕ ਠਾਕ ਹੈ ਕੋਠੀ ਦਾ। ਅਤੇ ਜਦੋਂ ਨੌਕਰ ਨੇ ਕੋਠੀ ਦਾ ਬਾਹਰੋਂ ਦੇਖਿਆ ਤਾਂ ਉਹਨਾਂ ਦੇ ਤਾਰੇ ਟੁੱਟੇ ਪਏ ਸੀ ਅੰਦਰਲੇ ਪਾਸੇ। ਉਹਨੇ ਇਨਫੋਰਮ ਕਰ ਦਿੱਤਾ ਸ਼ਾਮ ਲਤਾ ਜੀ ਨੂੰ ਕਿ ਉੱਥੋਂ ਦਿੱਲੀ ਉਹ ਸਾਰੇ ਜਾਣੇ ਪਰਿਵਾਰ ਦੇ ਜਿਹੜਾ ਉਹਦਾ ਲੜਕਾ ਦੂਸਰੇ ਜਿਹੜੇ ਗਏ ਸੀ ਉੱਥੇ ਉਹ ਇਮੀਡੀਏਟਲੀ ਵਾਪਸ ਅਗਲੇ ਦਿਨ ਆ ਗਏ 28 ਨੂੰ। ਅਤੇ 28 ਨੂੰ ਸ਼ਾਮ ਨੂੰ ਸਾਨੂੰ ਦੱਸਿਆ ਕਿ ਇਹ ਵਾਲਾ ਵਾਕਿਆ ਹੋ ਗਿਆ। ਅਸੀਂ ਮੌਕੇ 'ਤੇ ਮੈਂ ਗਿਆ ਸੀ ਸਮੇਤ SHO ਚੌਂਕੀ ਇੰਚਾਰਜ, ਅਤੇ ਮੌਕੇ 'ਤੇ ਗਏ ਹਾਂ ਅਤੇ ਉੱਥੇ ਸਾਰੀਆਂ ਅਸੀਂ ਜੋ ਤਫਤੀਸ ਦੇ ਸੰਬੰਧ 'ਚ ਫਾਰਮੈਲਿਟੀਆਂ ਅਸੀਂ ਕੀਤੀਆਂ, ਜੋ ਕੁਛ ਮੌਕੇ ਤੋਂ ਅਸੀਂ ਨਵੀਂ ਚੀਜ਼ ਦੇਖਣਾ ਚਾਹੁੰਦੇ ਸੀ, ਜੋ ਵੀ ਲੱਭਣਾ ਚਾਹੁੰਦੇ ਸੀ ਉਹ ਅਸੀਂ ਕਲੂ ਇਕੱਠੇ ਕੀਤੇ ਅਤੇ ਕੜੀ ਨਾ ਕੜੀ ਜੋੜਦੇ ਹੋਇਆਂ ਅਸੀਂ ਫਿਰ ਉੱਥੋਂ ਉਹਨਾਂ ਦਾ ਡਰਾਈਵਰ ਪਹਿਲੇ ਬੱਬੂ ਨੂੰ ਗ੍ਰਿਫਤਾਰ ਕੀਤਾ ਮਲਕਪੁਰ ਦੇ ਨੂੰ, ਫਿਰ ਬਾਅਦ ਵਿੱਚੋਂ ਉੱਥੋਂ ਵੀ ਕੋਈ ਕਲੂ ਲੱਗੇ ਅਤੇ ਅੰਮ੍ਰਿਤਸਰ ਤੋਂ ਇੱਕ ਰਾਜੂ ਭੱਟੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਤੋਂ 1 ਕਿਲੋ ਸੋਨਾ ਅਤੇ 7,91,000 ਰੁਪਇਆ ਬਰਾਮਦ ਹੋਇਆ। ਇਨੀਸ਼ੀਅਲੀ ਜਦੋਂ ਸ਼ਾਮ ਲਤਾ ਜੀ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹਨਾਂ ਦਾ ਕਰੀਬ 1200 ਗ੍ਰਾਮ ਸੋਨਾ ਚੋਰੀ ਹੋਇਆ ਅਤੇ ਕਰੀਬ 20 ਲੱਖ ਰੁਪਈਆ ਉਹਨਾਂ ਦਾ ਗਿਆ, ਪਰ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀਆਂ ਦਾ 4 ਬੇਟੀਆਂ ਨੇ ਮੈਰਿਜ ਨੇ, 4 ਬੇਟੀਆਂ ਦੇ ਇੱਕ ਨੂੰਹ ਦਾ ਵੀ ਗਹਿਣਾ ਇਹਦੇ ਵਿੱਚ ਹੀ ਪਿਆ ਸੀ ਅਤੇ ਉਹਦਾ ਕਰੀਬ ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਕਿ 3320 ਗ੍ਰਾਮ ਸੋਨਾ, 3 ਕਿਲੋ ਤੋਂ ਵੱਧ ਸੋਨਾ ਅਤੇ 55 ਲੱਖ ਰੁਪਈਆ ਕੈਸ਼ ਸੀ ਜਿਹੜਾ ਕਿ ਉੱਥੇ ਚੋਰੀ ਹੋਇਆ। ਅਤੇ ਜਦੋਂ ਅਸੀਂ ਪਹਿਲੇ ਚੋਰ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲੋਂ 1 ਕਿਲੋ ਸੋਨਾ ਅਤੇ 7,91,000 ਰੁਪਇਆ ਬਰਾਮਦ ਹੋਇਆ ਅਤੇ ਉਹਦੇ ਵੱਲੋਂ ਜਿਹੜੀ ਇਹਨਾਂ ਪੈਸਿਆਂ ਦੇ ਨਾਲ ਖਰੀਦੀ ਗਈ ਵਰਨਾ ਕਾਰ ਜਿਹੜੀ ਉਹਨੇ 3,10,000 ਦੇ ਕਰੀਬ ਖਰੀਦੀ ਸੀ ਉਹ ਵੀ ਅਸੀਂ ਨਾਲ ਰਿਕਵਰ ਕਰ ਲਈ। ਬਾਅਦ ਵਿੱਚੋਂ ਫਿਰ ਅਸੀਂ ਪਰਸੋਂ ਇੱਕ ਹੋਰ ਚੋਰ ਨੂੰ ਗ੍ਰਿਫਤਾਰ ਕੀਤਾ ਜੀ, ਇਹਦੇ ਵਿੱਚ ਜਿਹੜਾ ਦੀਪਕ ਨਾਂ ਦਾ ਵਿਅਕਤੀ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਵੀ, ਅਤੇ ਇਹਦੇ ਕੋਲੋਂ ਅਸੀਂ 492 ਗ੍ਰਾਮ ਸੋਨਾ ਅਤੇ 8 ਲੱਖ ਰੁਪਇਆ ਕੈਸ਼ ਜਿਹੜਾ ਕਿ ਇਸ ਨੇ ਉਸ ਵਾਰਦਾਤ ਵਿੱਚ ਉਹਦੇ ਹਿੱਸੇ ਆਇਆ ਸੀ ਉਹਦੇ ਵਿੱਚੋਂ ਬਰਾਮਦ ਕੀਤਾ। ਅਤੇ ਇਹਨਾਂ ਨੇ ਜਿਹੜੀ ਵਾਰਦਾਤ ਵਿੱਚ ਆਪਣੀ ਜਿਹੜੀ ਕਾਰ ਵਰਤੀ ਸੀ ਮੌਕੇ 'ਤੇ ਜਿਹਦੇ ਵਿੱਚ ਆ ਕੇ ਸਮਾਨ ਚੋਰੀ ਕਰਕੇ ਗਏ ਸੀ ਉਹ ਵੀ ਅਸੀਂ ਬਰਾਮਦ ਕਰ ਲਈ। ਇਹਨਾਂ ਦੇ ਮੁਤਾਬਕ ਤੇ ਕਰੀਬ ਅਸੀਂ 1/2 ਦੇ ਕਰੀਬ ਸੋਨਾ ਕੀਤਾ, ਜੇ ਬਾਕੀ ਦੋਸ਼ੀ ਰਹਿੰਦੇ ਨੇ ਉਹਨਾਂ 'ਤੇ ਵੀ ਸਾਡੀ ਨਜ਼ਰ ਹੈ, ਅਸੀਂ ਜਲਦ ਗ੍ਰਿਫਤਾਰ ਕਰਾਂਗੇ। ਫਿਰ ਐਕਚੁਅਲ ਪਤਾ ਲੱਗੇਗਾ ਕਿ ਵੀ ਇਹਨਾਂ ਨੇ ਜਿਹੜੇ ਇਹ ਦੋਸ਼ੀ ਫੜੇ ਗਏ ਨੇ ਇਹਨਾਂ ਨੇ ਕਿੰਨਾ ਸੋਨਾ ਖੁਰਦ ਬੁਰਦ ਕਰ ਦਿੱਤਾ, ਕਿਉਂਕਿ ਹਲਦੀ ਘੜੀ 'ਤੇ ਇਨਵੈਸਟੀਗੇਸ਼ਨ ਵਿੱਚ ਜਾਂ ਆਪਣੀ ਤਫਤੀਸ਼ ਵਿੱਚ ਇਹੋ ਹੀ ਦੱਸਦੇ ਨੇ ਕਿ ਬਈ ਬਾਕੀ ਦੂਸਰੇ ਚੋਰਾਂ ਕੋਲ, ਜੋ ਵੀ ਨੋਰਮਲ ਕੋਈ ਚੋਰਾਂ ਦੀ ਟੈਂਡੈਂਸੀ ਹੁੰਦੀ ਹੈ ਕਿ ਜਿਹੜਾ ਫੜਿਆ ਜਾਂਦਾ ਉਹ ਕਹਿੰਦਾ ਵੀ ਮੇਰੇ ਕੋਲ ਇੰਨਾ ਹੀ ਹੈ ਅਤੇ ਬਾਕੀ ਦੂਸਰਿਆਂ ਕੋਲ ਇੰਨਾ ਸਮਾਨ, ਬਾਕੀ ਵੀ ਜਲਦ ਫੜੇ ਜਾਣਗੇ ਤਾਂ ਪਤਾ ਲੱਗ ਜਾਏਗਾ ਅਤੇ ਫਿਰ ਅਸੀਂ ਇਹਨਾਂ ਨੂੰ ਦੁਬਾਰਾ ਤੋਂ ਵੀ ਨਹੀਂ ਪ੍ਰੋਵੀਜ਼ਨ ਮੁਤਾਬਕ ਅਸੀਂ ਕੋਰਟ ਵਿੱਚੋਂ ਫਿਰ ਅਸੀਂ ਲਿਆ ਸਕਦੇ ਇਹਨਾਂ ਨੂੰ ਅਤੇ ਫਿਰ ਪੁੱਛਗਿੱਛ ਕਰਕੇ ਕਿ ਜਿੱਥੇ ਵੀ ਸੋਨਾ ਵੀ ਵੇਚਿਆ ਹੋਵੇਗਾ ਅਤੇ ਉਹ ਵੀ ਨਹੀਂ ਬਖਸ਼ੇ ਜਾਣਗੇ, ਉਹਨਾਂ ਤੋਂ ਵੀ ਅਸੀਂ ਸੋਨਾ ਕੰਪਲੀਟ ਬਰਾਮਦ ਕਰਾ ਕੇ ਦੇਵਾਂਗੇ।
ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਚੋਰ ਫੜੇ ਜਾਂਦੇ ਬਹੁਤ ਜ਼ਿਆਦਾ ਜਿਹੜੇ ਚੋਰ ਸਨ ਉਹ ਨਸ਼ੇ ਦਾ ਸੇਵਨ ਕਰਦੇ ਜਿਸ ਕਰਕੇ ਉਹ ਚੋਰੀਆਂ ਨੂੰ ਅੰਜਾਮ ਦੇ ਰਹੇ ਸਨ। ਡਿਪਟੀ ਸਾਹਿਬ ਜਿਹੜਾ ਇਹ ਚੋਰ ਸੀ ਇਹ ਵੀ ਕੋਈ ਨਸ਼ੇ ਦੇ ਆਦੀ ਸੀ? ਬਿਲਕੁਲ ਜੀ, ਇਹ ਵੀ ਨਸ਼ੇ ਦੇ ਜੂਏ ਦੇ ਆਦੀ ਪਾਏ ਗਏ ਨੇ ਜੀ। ਇਹ ਜਿਹੜੇ ਅਸੀਂ ਪਹਿਲਾਂ ਵੀ ਚੋਰ ਫੜਿਆ ਸੀ ਅਤੇ ਜਾਂ ਹੁਣ ਵੀ ਜਿਹੜਾ ਫੜਿਆ, ਇਹ ਦੋਵੇਂ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਸਾਡੇ ਅਰਵਿੰਦੀ ਗੰਗ ਕੰਜ਼ਿਊਮ ਕਰਦੇ ਨੇ। ਸੋ ਦੇਖ ਸਕਦੇ ਹੋ ਕਿ ਬਟਾਲਾ ਪੁਲਿਸ ਕਿੰਨੀ ਮਸਤਾਦੀ ਦੇ ਨਾਲ ਜਿਹੜੇ ਚੋਰਾਂ ਨੂੰ ਕੈਪਚਰ ਕਰ ਰਹੀ ਹੈ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ, ਬਟਾਲਾ, ਗੁਰਦਾਸਪੁਰ।